ਸਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਵੱਡੀ ਭਰਤੀ ਦੀ ਖਬਰ ਜਿਹੜੀ ਮੈਂ ਲੈ ਕੇ ਆਇਆ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਜੀ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਨਵੀਆਂ ਪੋਸਟਾਂ ਜਿਹੜੀਆਂ ਨੇ ਤੁਸੀਂ 10ਵੀਂ ਪਾਸ ਹੋ ਤੁਸੀਂ 12ਵੀਂ ਪਾਸ ਹੋ ਜਾ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਹਰ এডਿਕੇਸ਼ਨ ਦੇ ਅਕੋਰਡਿੰਗਲੀ ਜਿਹੜੀਆਂ ਭਰਤੀਆਂ ਨੇ ਉਹ ਨਿਕਲ ਕੇ ਆਈਆਂ ਨੇ ਜੀ ਸੋ ਬਹੁਤ ਹੀ ਵੱਡੀ ਭਰਤੀ ਜਿਹੜੀ ਅੱਜ ਹੋਣ ਵਾਲੀ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੀ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂਕਿ ਤੁਹਾਨੂੰ ਪਤਾ ਲੱਗ ਸਕੇ ਤੁਸੀਂ ਕਿਸ-ਕਿਸ ਪੋਸਟ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਦੋਸਤੋ ਅਸੀਂ ਤੁਹਾਡੇ ਲਈ ਹਰ ਵਾਰੀ ਨਵੀਂ ਤੋਂ ਨਵੀਂ ਭਰਤੀ ਲੈ ਕੇ ਆਨੇ ਆ ਜਿਹੜੀਆਂ ਵੀ ਚਾਹੋ ਸੈਂਟਰ ਵੱਲੋਂ ਜਾਂ ਸਟੇਟ ਵੱਲੋਂ ਕੱਡੀਆਂ ਜਾਂਦੀਆਂ ਨੇ ਸਭ ਤੋਂ ਪਹਿਲੋ ਲੈ ਕੇ ਆਨਾ ਤਾਂ ਕਿ ਕੋਈ ਵੀ ਮੇਰਾ ਵੀਰ ਭਰਾ ਜਿਹੜਾ ਹੈ ਉਹ ਜੋਬ ਤੋਂ ਵਾਂਝਾ ਨਾ ਰਹਿ ਸਕੇ ਅਸੀਂ ਅਪਡੇਟ ਦੇਣਾ ਸਾਡਾ ਕੰਮ ਹੈ ਭਰਨਾ ਉਹਨੂੰ ਅਪਲਾਈ ਕਰਨਾ ਤੇ ਕ੍ਰੈਕ ਕਰਨਾ ਉਹ ਤੁਹਾਡਾ ਉਹ ਤੁਸੀਂ ਮਿਹਨਤ ਕਰਕੇ ਕਰ ਸਕਦੇ ਹੋ ਸੋ ਤੁਸੀਂ ਤਿਆਰ ਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖੋ ਨਾਲ ਦੀ ਨਾਲ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਸੀਂ ਅਪਲੋਡ ਕਰੀਏ ਤੁਹਾਡੇ ਲਈ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਪੂਰਾ ਜਰੂਰ ਵੇਖਿਆ ਕਰੋ ਕਿਉਂਕਿ ਕੁਐਸਚਨ ਬਹੁਤ ਆਉਂਦੇ ਨੇ ਕੁਐਸਚਨ ਤਾਂ ਹੀ ਤੁਸੀਂ ਪੁੱਛਦੇ ਹੋ ਕਿਉਂਕਿ ਵੀਡੀਓ ਤੁਸੀਂ ਪੂਰੀ ਨਹੀਂ ਦੇਖਦੇ ਅਸੀਂ ਤੁਹਾਨੂੰ ਅਫੀਸ਼ੀਅਲ ਲਿੰਕ ਵੀ ਦਿੰਨੇ ਆ ਨਾਲ ਦੀ ਨਾਲ ਹਰ ਜਾਣਕਾਰੀ ਦਿੰਨੇ ਆ ਜਿਹੜੀ ਤੁਹਾਡੇ ਲਈ ਜ਼ਰੂਰੀ ਹੁੰਦੀ ਹੈ ਪਰੰਦੇ ਲਈ ਚਲੋ ਹੁਣ ਅਸੀਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਚੱਲਦੇ ਆ ਜੀ ਨੋਟੀਫਿਕੇਸ਼ਨ ਦੇ ਵੱਲ ਤੇ ਸਭ ਤੋਂ ਪਹਿਲਾਂ ਇਸ ਨੋਟੀ ਕੇਸ਼ਨ ਦੇ ਵਿੱਚ ਅਸੀਂ ਗੱਲ ਕਰ ਲੈਨੇ ਜਿਹੜਾ ਫਾਰਮ ਹੈ ਜੀ ਤੁਸੀਂ ਭਰ ਕੇ ਭੇਜਣਾ ਹੈ ਮਤਲਬ ਤੁਸੀਂ ਆਫਲਾਈਨ ਇਹਦੇ ਲਈ ਅਪਲਾਈ ਕਰਨਾ ਹੈ ਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਫਾਰਮ ਤੁਸੀਂ ਕਿਦਾਂ ਭਰੋਗੇ ਇਹ ਨੋਟੀਫਿਕੇਸ਼ਨ ਜਿਹੜਾ ਹੈ ਪੰਜਾਬ ਦੇ ਚੰਡੀਗੜ੍ਹ ਦੇ ਕੈਂਡੀਡੇਟ ਵਾਸਤੇ ਨਿਕਲ ਕੇ ਆ ਗਿਆ ਹੈ ਜੋ ਕਿ ਕੇਵੀਐਸ ਵੱਲੋਂ ਕੱਢਿਆ ਗਿਆ ਜੋ ਕਿ ਕੇਂਦਰੀ ਵਿਦਿਆਲੇ ਵੱਲੋਂ ਕੱਢਿਆ ਗਿਆ ਹੈ ਜੀ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫਾਰਮ ਕਿਦਾਂ ਭਰਨਾ ਹੈ ਇਸ ਦੇ ਵਿੱਚ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰੋਗੇ ਉਹ ਤੁਸੀਂ ਇੱਥੇ ਭਰ ਦੇਣਾ ਹੈ ਜੀ ਉਸ ਤੋਂ ਬਾਅਦ ਕਿਹੜੇ ਸਬਜੈਕਟ ਵਾਸਤੇ ਤੁਸੀਂ ਅਪਲਾਈ ਕਰੋਗੇ ਉਹ ਇੱਥੇ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਹਾਡੀ ਪਰਸਨਲ ਡਿਟੇਲਸ ਤੋਂ ਕੈਪੀਟਲ ਲੈਟਰ ਦੇ ਵਿੱਚ ਪੂਰਾ ਫਾਰਮ ਭਰਨਾ ਹੈ ਤੁਸੀਂ ਤੁਹਾਡਾ ਫਾਦਰ ਨੇਮ ਠੀਕ ਹੈ ਜੀ ਉਸ ਤੋਂ ਅੱਗੇ ਤੁਹਾਡੀ ਡੇਟ ਆਫ ਬਰਥ ਤੁਹਾਡਾ ਜੈਂਡਰ ਤੁਹਾਡੀ ਏਜ ਠੀਕ ਹੈ ਜੀ ਉਸ ਤੋਂ ਬਾਅਦ ਏਜ ਉਹਨਾਂ ਨੇ ਮੈਂਸ਼ਨ ਕੀਤਾ ਕਿ ਐਜ਼ ਔਨ 31/3/2019 ਅਕੋਰਡਿੰਗਲੀ ਤੁਸੀਂ ਦੱਸਣਾ ਹੈ ਕਿ ਕਿੰਨੀ ਹੋਈ ਹੈ ਜੀ ਉਸ ਤੋਂ ਬਾਅਦ ਤੁਹਾਡਾ ਇੱਥੇ ਇੱਕ ਫੋਟੋ ਲੱਗਣਾ ਹੈ ਜਿਹੜਾ ਤੁਸੀਂ ਰੀਸੈਂਟਲੀ ਖਿਚਵਾਇਆ ਹੋਵੇਗਾ ਉਹੀ ਲਗਾਣਾ ਨੀਚੇ ਸਿਗਨੇਚਰ ਕਰ ਦੇਣੇ ਨੇ ਜੀ ਤੁਸੀਂ ਆਪ ਨੇ ਉਸ ਤੋਂ ਬਾਅਦ ਤੁਹਾਡਾ ਕੈਂਡੀਡੇਟ ਦਾ ਕੋਰਸਪੋਨਡੈਂਸ ਐਡਰੈਸ ਪੂਰਾ ਪਰਨਾਇਆ ਤੁਸੀਂ ਵਿਦ ਪਿੰਨ ਕੋਡ ਤੁਹਾਡੀ ਅਕਾਡੈਮਿਕ ਕੁਆਲਿਫਿਕੇਸ਼ਨ ਜੋ ਵੀ ਹਾਇਰ ਹੁੰਦੀ ਹੈ ਤੁਸੀਂ ਉਹ ਵੀ ਮੈਂਸ਼ਨ ਕਰ ਸਕਦੇ ਹੋ ਵਿਦ ਮਾਰਕਸ ਐਂਡ ਪਰਸੈਂਟੇਜ ਉਸ ਤੋਂ ਬਾਅਦ ਤੁਸੀਂ ਸੀਟੇਡ ਪਾਸ ਹੋ ਯੈਸ অর ਨੋ ਅਗਰ ਹੋ ਤਾਂ ਤੁਸੀਂ ਸਰਟੀਫਿਕੇਟ ਅਟੈਚ ਕਰਨਾ ਹੈ ਅਗਰ ਨਹੀਂ ਹੋ ਤਾਂ ਨੋ ਤੇ ਟਿਕ ਲਗਾ ਦੇਣਾ ਜੀ ਬਾਕੀ ਫਰਦਰ ਤੁਸੀਂ ਡਿਟੇਲ ਦੇਣੀ ਹੈ ਆਪਣੇ ਐਕਸਪੀਰੀਅੰਸ ਦੀ ਜਾਂ ਤੁਹਾਨੂੰ ਕੋਈ ਹੋਰ ਨੌਲੇਜ ਹੈ ਤਾਂ ਉਸ ਤੋਂ ਬਾਅਦ ਜਿਹੜੀ ਤੁਸੀਂ ਟੀਚਿੰਗ ਪੋਸਟ ਲਈ ਕਰ ਰਹੇ ਹੋ ਉਹਦੇ ਲਈ ਵੀ ਤੁਸੀਂ ਆਪਣੀ ਟਿਕ ਲਗਾ ਲੈਣਾ ਜੀ ਉਸ ਤੋਂ ਬਾਅਦ نیچے ਤੁਸੀਂ ਆਪਣੇ ਸਿਗਨੇਚਰ ਕਰਨੇ ਨੇ ਆਪਣਾ ਕੰਟੈਕਟ ਨੰਬਰ ਸਾਈਨ ਪਰ ਨਾਟ ਡੇਟ অর ਪਲੇਸ ਲੈ ਕੇ ਸਾਈਨ ਕਰਕੇ ਤੁਸੀਂ ਇਹ ਜਿਹੜਾ ਐਪਲੀਕੇਸ਼ਨ ਫਾਰਮ ਹੈ ਆਪਣੇ ਸਾਰੇ ਡਾਕੂਮੈਂਟ ਜਿਹੜੇ ਵੀ ਰਿਕੁਆਇਰਡ ਜਿੱਦਾਂ ਕਿ ਤੁਹਾਡੇ ਕੁਆਲਿਫਿਕੇਸ਼ਨ ਤੁਹਾਡੇ ਐਕਸਪੀਰੀਅੰਸ ਦੇ ਔਰ ਹੋਰ ਕੋਈ ਹੈ ਤੁਸੀਂ ਉਹ ਵੀ ਨੰਬਰ ਅਟੈਚ ਕਰਕੇ ਜਿਹੜੇ ਨੇ ਉਹ ਭੇਜ ਦੇਣੇ ਨੇ ਜੀ ਉਹ ਇਹ ਸਰਟੀਫਿਕੇਟ ਤੁਸੀਂ ਕਿੱਥੇ ਭੇਜਨੇ ਨੇ ਕਾਪੀ ਭੇਜਨੇ ਨੇ ਟੈਸਟ ਆਪਣੇ ਟੈਸਟ ਕਰਕੇ ਸੈਲਫ ਟੈਸਟਡ ਕਰਕੇ ਫਿਰ ਭੇਜਨੇ ਨੇ ਉਹ ਤੁਸੀਂ ਇੱਥੇ ਅੱਗੇ ਤੁਹਾਨੂੰ ਦੱਸਾਂਗਾ ਉਸ ਐਡਰੈਸ ਦੇ ਉੱਪਰ ਜਿਹੜੇ ਤੁਸੀਂ ਭੇਜਨੇ ਨੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਨੋਟੀਫਿਕੇਸ਼ਨ ਦੇ ਵੱਲ ਪਹਿਲਾਂ ਅਸੀਂ ਗੱਲ ਕਰਾਂਗੇ ਪੋਸਟਾਂ ਦੀਆਂ ਫਿਰ ਅਸੀਂ ਗੱਲ ਕਰਾਂਗੇ ਤੁਹਾਡੀ ਪੋਸਟਾਂ ਦੀ ਰਵਾਈਸ ਜਿਹੜੀ ਹੈ ਸਬਜੈਕਟ ਵਾਈਜ਼ ਇੰਟਰਵਿਊ ਕਦੋਂ ਹੋਣੀ ਹੈ ਕਿਉਂਕਿ ਇਸ ਦੇ ਵੀ ਤੁਹਾਡੀ ਸਿਲੈਕਸ਼ਨ ਪ੍ਰੋਸੀਜਰ ਜਿਹੜਾ ਰਹੇਗਾ ਕੋਈ ਟੈਸਟ ਤਾਂ ਨਹੀਂ ਹੋਏਗਾ ਲ ਤਾਂ ਜਿਹੜੀ ਇੱਕ ਇੰਟਰਵਿਊ ਗੋ ਥਰੂ ਜਰੂਰ ਕਰਨੀ ਪੈ ਗਈ ਇਸ ਦੇ ਵਿੱਚ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲੇ एलिजिਬਲ ਨੇ ਉਹ ਮੈਂ ਅੱਗੇ ਦੱਸ ਦਿੰਦਾ ਜੀ ਕੀ ਕੀ ਕੁਆਲਿਫਿਕੇਸ਼ਨ ਹੈ ਸਭ ਤੋਂ ਪਹਿਲਾਂ ਅਸੀਂ ਦੇਖ ਲੈਣੇ ਆ ਜੀ ਪੋਸਟ ਵਾਈਜ਼ ਕੁਆਲਿਫਿਕੇਸ਼ਨ ਪੀਜੀਟੀ ਵਾਲਿਆਂ ਲਈ 2 ਸਾਲ ਦਾ ਤੁਸੀਂ ਜਿਹੜਾ ਇੰਟੀਗ੍ਰੇਟਿਡ ਪੋਸਟ ਗ੍ਰੈਜੂਏਟ ਐਮ ਐਸ ਸੀ ਕੋਰਸ ਕੀਤਾ ਹੋਇਆ ਹੈ ਜਾਂ ਰੀਜਨਲ ਕਾਲਜ ਆਫ ਐਜੂਕੇਸ਼ਨ ਆਫ ਐਨ ਸੀ ای ਆਰਟੀ ਤੋਂ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਅਪਲਾਈ ਕਰ ਸਕਦੇ ਹੋ ਜਾਂ ਤੁਹਾਡੀ ਮਾਸਟਰ ਡਿਗਰੀ ਹੈਗੀ ਹੈ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਐਟ ਲੀਸਟ 50% ਮਾਰਕਸ ਦੇ ਨਾਲ ਜਾਂ ਕਨਸਰਨ ਸਬਜੈਕਟ ਬੀ ਐਡ ਤੁਸੀਂ ਕੀਤਾ ਹੋਇਆ ਹੈ ਜਾਂ ਇਸ ਦੇ ਇਕੁਇਵਲੈਂਟ ਡਿਗਰੀ ਡਿਗਰੀ ਕੀਤੀ ਹੋਈ ਹੈ ਤੁਸੀਂ ਤੁਹਾਡੀ ਪ੍ਰੋਫੀਸ਼ੈਂਸੀ ਹੈ ਟੀਚਿੰਗ ਦੇ ਵਿੱਚ ਹਿੰਦੀ ਇੰਗਲਿਸ਼ ਮੀਡੀਅਮ ਦੇ ਵਿੱਚ ਤਾਂ ਤੁਹਾਨੂੰ ਕੰਪਿਊਟਰ ਐਪਲੀਕੇਸ਼ਨਸ ਦੀ ਨੌਲੇਜ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ PGT ਵਾਲਿਆਂ ਲਈ ਤੁਸੀਂ 4 ਸਾਲ ਦਾ ਇੰਟੀਗ੍ਰੇਟਿਡ ਡਿਗਰੀ ਕੋਰਸ ਕੀਤਾ ਰੀਜਨਲ ਕਾਲਜ ਆਫ ਐਜੂਕੇਸ਼ਨ NCERT ਜਾਂ ਫਿਰ ਇਹਦੇ ਵਿੱਚ 50% ਮਾਰਕਸ ਨਾਲ ਕੀਤਾ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਹੈਗਾ ਜੀ ਤੁਸੀਂ ਬੈਚਲਰ ਡਿਗਰੀ ਕੀਤੀ ਹੋਈ ਐਟਲੀਸਟ 50% ਮਾਰਕਸ ਦੇ ਨਾਲ ਕੰਸਰਟ ਸਬਜੈਕਟ ਦੇ ਨਾਲ ਠੀਕ ਹੈ ਜੀ ਤੁਸੀਂ ਇਹਦੇ ਲਈ एलिजिਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਤੁਸੀਂ ਪੀਜੀਟੀ ਕੰਪਿਊਟਰ ਸਾਇੰਸ ਦੇ ਲਈ ਤੁਹਾਡੀ ਐਸੈਂਸ਼ੀਅਲ ਕੁਆਲਿਫਿਕੇਸ਼ਨ 50% ਮਾਰਕਸ ਦੇ ਨਾਲ ਹੋਣੀ ਚਾਹੀਦੀ ਹੈ ਜੋ ਕਿ ਬੀਈ ਬੀਟੈਕ ਤੁਸੀਂ ਕੰਪਿਊਟਰ ਸਾਇੰਸ ਆਈਟੀ ਦੇ ਵਿੱਚ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ एलिजिਬਲ ਹੋ ਅਪਲਾਈ ਕਰ ਸਕਦੇ ਹੋ ਤੁਸੀਂ ਬੀਈ ਬੀਟੈਕ ਐਨੀ ਸਟਰੀਮ ਦੇ ਵਿੱਚ ਕੀਤੀ ਹੋਈ ਹੈ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਕੰਪਿਊਟਰ ਆਫ ਕਿੰਤਾ ਕੰਪਿਊਟਰ ਦੇ ਵਿੱਚ ਕੀਤਾ ਹੋਇਆ ਤਾਂ ਤੁਸੀਂ ਇਹਦੇ ਲਈ एलिਜੀਬਲ ਹੋ। ਤੁਸੀਂ ਐਮਐਸਸੀ ਕੀਤੀ ਹੋਈ ਹੈ। MCA ਕੀਤੀ ਹੋਈ ਹੈ ਇਕੁਇਵਲੈਂਟ ਰੈਗਨਾਈਜ਼ ਯੂਨੀਵਰਸਿਟੀ ਬੋਰਡ ਤੋਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਸ ਦੇ ਵਿੱਚ ਹੋਰ ਵੀ ਕੁਆਲੀਫਿਕੇਸ਼ਨ ਲਿਖੀ ਹੈ ਇੱਕ ਵਾਰੀ ਜ਼ਰੂਰ ਪੜ੍ਹ ਲੈਣਾ ਜੀ ਹੁਣ ਗੱਲ ਕਰਦੇ ਹਾਂ 10ਵੀਂ ਤੇ 12ਵੀਂ ਵਾਲਿਆਂ ਲਈ ਪ੍ਰਾਇਮਰੀ ਟੀਚਰ ਦੀ ਰਿਕਰੂਟਮੈਂਟ ਹੈ ਇਸ ਦੇ ਵਿੱਚ ਤੁਸੀਂ ਸੀਨੀਅਰ ਸੈਕੰਡਰੀ ਸਰਟੀਫਿਕੇਟ ਹੈਗਾ 50% ਮਾਰਕਸ ਦੇ ਨਾਲ ਜਾਂ 10ਵੀਂ ਤੁਸੀਂ 50% ਮਾਰਕਸ ਦੇ ਨਾਲ ਕੀਤੀ ਹੈ ਔਰ ਉਸ ਦੇ ਨਾਲ ਤੁਸੀਂ ਜਿਹੜਾ ਇਕੁਇਵਲੈਂਟ ਜਬੀਟੀ ਦੇ ਕੁਆਲੀਫਿਕੇਸ਼ਨ ਐਸ ਪਰ ਕੇਵੀਐਸ ਨੋਰਮਸ ਤੁਸੀਂ ਪਾਸ ਹੋ ਜਿਹੜਾ ਕਿ ਸੈਂਟਰਲ ਟੀਚਰ एलिजिबिलिटी ਟੈਸਟ ਹੁੰਦਾ ਹੈ ਤੁਸੀਂ ਕੰਡਕਟ ਕੀਤਾ ਗਿਆ ਸੀ ਜਿਹੜਾ CBSE ਦੁਆਰਾ ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ ਪਾਸ ਹੋ ਤਾਂ ਤੁਸੀਂ ਇਹਦੇ ਲਈ एलिजिबल ਅਪਲਾਈ ਕਰ ਸਕਦੇ ਹੋ ਤੁਹਾਡੀ ਪ੍ਰੋਫੀਸ਼ੈਂਸੀ ਹੈਗੀ ਹੈ ਹਿੰਦੀ ਇੰਗਲਿਸ਼ ਮੀਡੀਅਮ ਦੇ ਵਿਭਾਗਾਂ ਦੇ ਵਿੱਚ ਤਾਂ ਤੁਸੀਂ ਜਿਹੜਾ ਐਪਲਾਈ ਕਰ ਸਕਦੇ ਹੋ ਤੁਹਾਨੂੰ ਨੌਲੇਜ ਹੈ ਕੰਪਿਊਟਰ ਐਪਲੀਕੇਸ਼ਨਸ ਦੀ ਫਿਰ ਵੀ ਤੁਸੀਂ ਇਸ ਦੇ ਲਈ ਐਪਲਾਈ ਕਰ ਸਕਦੇ ਹੋ ਸੋ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲਿਆਂ ਲਈ ਬਹੁਤ ਵਧੀਆ ਮੌਕਾ ਜਿਹੜਾ ਆ ਗਿਆ ਹੈ ਜੀ ਨੈਕਸਟ ਹੈਗਾ ਜੀ ਕੰਪਿਊਟਰ ਇਨਸਟ੍ਰਕਟਰ ਦੀ ਤੁਸੀਂ ਬੀਈ ਬੀਟੈਕ ਕੀਤੀ ਹੋਈ ਹੈ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਐਪਲਾਈ ਕਰ ਸਕਦੇ ਹੋ ਜੀ ਵੋਕੇਸ਼ਨਲ ਸਕਿੱਲਸ ਦੀ ਗੱਲ ਕਰੀਏ ਕੋਚ ਐਕਸਪਰਟ ਸਪੋਰਟਸ ਅਤੇ ਗੇਮਸ ਦੇ ਇਹਦੇ ਵਿੱਚ ਬੈਚਲਰ ਡਿਗਰੀ ਤੁਸੀਂ ਫਿਜ਼ੀਕਲ ਐਜੂਕੇਸ਼ਨ ਇਸ ਦੇ ਇਕੁਇਲੈਂਟ ਕੀਤੀ ਹੋਈ ਹੈ ਜਾਂ ਕੋਰਸ ਸਰਟੀਫਿਕੇਟ ਹੈਗਾ ਤੁਹਾਡੇ ਕੋ ਤਾਂ ਤੁਸੀਂ ਇਸ ਕੀਤੀ ਹੋਈ ਕਿਸੇ ਵੀ ਸੱਜਣ ਨਾਲ ਇੱਕ ਸਾਲ ਦਾ ਯੋਗਾ ট্রেਡਿੰਗ ਤੁਸੀਂ ਕੀਤਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਜਿਹੜਾ एलिजिਬਲ ਅਪਲਾਈ ਕਰ ਸਕਦੇ ਹੋ ਵੋਕੇਸ਼ਨਲ ਇੰਸਟ੍ਰਕਟਰ ਦੀ 뮤ਜ਼ਿਕ ਦੀ ਗੱਲ ਕਰੀ ਸੀ ਸੀਨੀਅਰ ਸੈਕੰਡਰੀ ਸਕੂਲ ਸਰਟੀਫਿਕੇਟ 50% ਮਾਰਕਸ ਦੇ ਨਾਲ ਹੈਗਾ ਤੁਹਾਡੇ ਕੋਲ ਜਾਂ ਤੁਸੀਂ ਬੈਚਲਰ ਡਿਗਰੀ ਕੀਤੀ ਹੋਈ ਹੈ 뮤ਜ਼ਿਕ ਦੇ ਵਿੱਚ 50% ਮਾਰਕਸ ਦੇ ਨਾਲ ਤਾਂ ਤੁਸੀਂ ਇਹਦੇ ਲਈ एलिजिਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਕਾਉਂਸਲਰ ਦੀ ਬੀਏ ਬੀਐਸਸੀ ਕੀਤੀ ਹੋਈ ਹੈ ਤੁਸੀਂ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਤਾਂ 1 ਸਾਲ ਦਾ ਐਕਸਪੀਰੀਅੰਸ ਹੈ ਤੁਹਾਨੂੰ ਪ੍ਰੋਵਾਈਡਿੰਗ ਕੈਰੀਅਰ ਐਂਡ ਐਜੂਕੇਸ਼ਨ ਕਾਉਂਸਲਿੰਗ ਦਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਡਾਕਟਰ ਦੀ ਹੈਗੀ ਹੈ ਐਮਬੀਬੀਐਸ ਕੀਤਾ ਹੈ ਤੁਸੀਂ ਇਹਦੇ ਵਿੱਚ ਦੋ ਦੋ ਘੰਟੇ ਲਈ ਡਾਕਟਰ ਨੂੰ ਜਿਹੜੀ ਹੈ ਜੌਬ ਕਰਨੀ ਹੋਏਗੀ ਇੱਕ ਦਿਨ ਦੀ ਔਰ ਨਰਸ ਨੂੰ 7 ਘੰਟੇ ਜਿਹੜੀ ਹੈ ਇੱਕ ਦਿਨ ਦੇ ਵਿੱਚ ਜੌਬ ਜਿਹੜੀ ਹੈ ਉਹ ਦੇਣੀ ਪਏਗੀ ਤਾਂ ਇਹਦੇ ਵਿੱਚ ਡਿਪਲੋਮਾ 홀ਡਰ ਤੁਸੀਂ 3 ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਰੇਲਵੇ ਡਿਸਿਪਲਨ ਦੇ ਨਾਲ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਹੈ ਇਹਦੇ ਵਿੱਚ ਤੁਹਾਡੀ ਜਿਹੜੀ ਹੈ ਕਦੋਂ ਇੰਟਰਵਿਊ ਹੋਏਗੀ ਜੀ ਇਸ ਦੇ ਵਿੱਚ ਤੁਹਾਡੀ ਵਾਕ ਇਨ ਇੰਟਰਵਿਊ ਹੋਏਗੀ ਜੋ ਕਿ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਹੋਏਗੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਜੀ ਉਹ ਤੁਸੀਂ ਦੇਖ ਪਾ ਰਹੇ ਹੋ ਇਸ ਦੇ ਵਿੱਚ ਸ਼ੈਡਿਊਲ ਕਿਦਾਂ ਹੋਏਗਾ ਪੀਜੀਡੀ ਦੇ ਜਿਹੜੇ ਸਬਜੈਕਟ ਹੈਗੇ ਨੇ ਉਹ ਤੁਸੀਂ ਦੇਖ ਪਾ ਰਹੇ ਹੋ ਇੰਨਾ ਦੀ ਜਿਹੜੀ ਇੰਟਰਵਿਊ ਹੋਏਗੀ 22 ਮਾਰਚ ਨੂੰ ਹੋਏਗੀ ਸਵੇਰ 8 ਵਜੇ ਤੋਂ ਲੈ ਕੇ 4 ਵਜੇ ਤੱਕ ਹੋਏਗੀ ਜੀ ਔਰ ਉਸ ਤੋਂ ਬਾਅਦ ਦਸਨਾ ਚਮਾਂਗਰ ਸਵੇਰ 7:30 ਵਜੇ ਤੁਹਾਨੂੰ ਰਿਪੋਰਟ ਕਰਨਾ ਪਏਗਾ ਕਿਉਂਕਿ ਤੁਹਾਡੇ ਜਿਹੜੇ ਸਰਟੀਫਿਕੇਟ ਹੋਣਗੇ ਉਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਨੈਕਸਟ ਹੈਗਾ ਜੀ TGT ਵਾਲਿਆਂ ਲਈ ਵੋਕੇਸ਼ਨਲ ਇੰਸਟ੍ਰਕਟਰ ਦੇ ਲਈ ਵੋਕੇਸ਼ਨਲ ਇੰਸਟ੍ਰਕਟਰ 뮤직 ਦੇ ਲਈ ਔਰ ਕੰਪਿਊਟਰ ਇੰਸਟ੍ਰਕਟਰ ਦੇ ਲਈ 23 ਮਾਰਚ ਨੂੰ ਤੁਹਾਡੀ ਇੰਟਰਵਿਊ ਹੋਏਗੀ 8 ਵਜੇ ਤੋਂ ਲੈ ਕੇ 4 ਵਜੇ ਤੱਕ ਔਰ ਤੁਹਾਨੂੰ ਵੀ 7:30 ਵਜੇ ਜਿਹੜਾ ਉਹ ਰਿਪੋਰਟ ਕਰਨਾ ਪਏਗਾ PRT ਸਪੋਰਟਸ 8 ਵਜੇ ਤਹ ਲੈ ਕੇ 4 ਵਜੇ ਤੱਕ ਹੋਏਗੀ ਔਰ ਇਸ ਦੇ ਵਿੱਚ ਵੀ 7:30 ਤੁਸੀਂ ਜਿਹੜਾ ਜਾ ਕੇ ਰਿਪੋਰਟ ਕਰਨਾ ਹੋਏਗਾ ਜੀ ਬਾਕੀ ਤੁਸੀਂ ਐਪਲੀਕੇਸ਼ਨ ਦਾ ਲਿੰਕ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਦੇ ਦਿਆਂਗਾ ਤਿੰਨ ਟੋਟਲ ਜਿਹੜੀਆਂ ਨੇ ਇਹਦੇ ਵਿੱਚ ਜਿਹੜੀਆਂ ਨੇ ਤੁਹਾਨੂੰ ਫਾਈਲਸ ਮਿਲਣਗੀਆਂ ਸਭ ਤੋਂ ਪਹਿਲੀ ਫਾਈਲ ਹੋਏਗੀ ਜਿਸ ਦੇ ਵਿੱਚ ਤੁਹਾਨੂੰ ਐਪਲੀਕੇਸ਼ਨ ਫਾਰਮ ਮਿਲੇਗਾ ਜਿਹੜਾ ਤੁਸੀਂ ਭਰਨਾ ਹੈ ਦੂਸਰਾ ਹੋਏਗਾ ਉਸ ਦੇ ਵਿੱਚ ਤੁਹਾਡੇ ਸਬਜੈਕਟ ਵਾਈਜ਼ ਕੁਆਲੀਫਿਕੇਸ਼ਨ ਮੈਂਸ਼ਨ ਹੈ ਔਰ ਤੀਸਰਾ ਇਹ ਵਾਲਾ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਮੈਂ ਪੂਰਾ ਮੈਂਸ਼ਨ ਕੀਤਾ ਹੋਇਆ ਵਾ ਕਿ ਤੁਸੀਂ ਕਦੋ-ਕਦੋ ਇੰਟਰਵਿਊ ਲਈ ਜਿਹੜਾ ਜਾਣਾ ਹੈ ਜੀ ਇੰਟਰਵ 3 ਬਰਡ AFS ਚੰਡੀਗੜ੍ਹ ਐਂਡ ਕੇਵੀ ਸੈਕਟਰ 31D ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਹੈ ਤੁਸੀਂ ਉੱਥੇ ਰਿਪੋਰਟ ਕਰਨਾ ਹੈ ਜੀ ਔਰ ਸ਼ਡਿਊਲ ਤਾਂ ਉਹ ਦੇ ਦਿੱਤਾ ਡਾਊਨਲੋਡ ਕਰਕੇ ਚੈੱਕ ਕਰ ਲੈਣਾ ਅਗਰ ਤੁਹਾਡਾ ਕੋਈ ਫਰੈਂਡ ਵੀ ਹੈਗਾ ਅਗਰ ਤੁਸੀਂ ਐਲੀਜੀਬਲ ਨਹੀਂ ਹੋ ਐਲੀਜੀਬਲ ਹੈ ਤਾਂ ਜ਼ਰੂਰ ਰਹਿਣਾ ਸ਼ੇਅਰ ਕਰਨਾ ਤਾਂਕਿ ਉਹ ਵੀ ਐਲੀਜੀਬਲ ਹੋ ਸਕਣ ਤੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣ ਮਿਲਾਂਗੇ ਜੀ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ